ਆਮ ਆਦਮੀ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹੁਣ ਭਾਰਤ ਸਰਕਾਰ ਵੱਲੋਂ ਭਾਰਤ ਚੌਲ ਲਾਂਚ ਕੀਤਾ ਗਿਆ ਹੈ ਤੇ ਇਹ 29 ਰੁਪਏ ਪ੍ਰਤੀ ਕਿਲੋ ਤੇ ਆਮ ਜਨਤਾ ਨੂੰ ਵੇਚਿਆ ਜਾਵੇਗਾ। ਇਸ ਦੀ ਵਿਕਰੀ ਅਗਲੇ ਹਫਤੇ ਤੋਂ ਖੁਦਰਾ ਬਾਜ਼ਾਰ ਵਿੱਚ ਸ਼ੁਰੂ ਹੋ ਜਾਏਗੀ। ਨਾਲ ਹੀ ਵਪਾਰੀਆਂ ਨੂੰ ਚੌਲ ਦੇ ਸਟੋਰੇਜ ਦਾ ਖੁਲਾਸਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਰਕਾਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਹ ਕਦਮ ਚੁੱਕੇ ਨੇ। ਇਸ ਦੌਰਾਨ ਕੇਂਦਰੀ ਖੁਰਾਕ ਸਕੱਤਰ ਸਜੀਵ ਚੋਪੜਾ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀ ਬਰਾਮਦ ਤੇ ਪਾਬੰਦੀਆਂ ਦੇ ਬਾਵਜੂਦ ਪਿਛਲੇ ਇੱਕ ਸਾਲ ਵਿੱਚ ਚੌਲ ਦੀ ਖੁਦਰਾ ਤੇ ਥੋਕ ਕੀਮਤਾਂ ਵਿੱਚ ਕਰੀਬ 15% ਦਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਦੋ ਸਹਿਕਾਰੀ ਸਭਾਵਾਂ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ ਇੰਡੀਆ ਦੇ ਨਾਲ ਨਾਲ ਕੇਂਦਰੀ ਸਟੋਰਾਂ ਰਾਹੀਂ ਪ੍ਰਚੂਨ ਬਾਜ਼ਾਰ ਵਿੱਚ ਸਬਸਿਡੀ ਵਾਲੇ ਭਾਰਤ ਚਾਵਲ ਦੀ ਸ਼ੁਰੂਆਤ ਕੀਤੀ ਹੈ। 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦਾ ਫੈਸਲਾ ਕੀਤਾ ਗਿਆ ਇਹਨਾਂ ਨੂੰ। ਇਸੇ ਤਰ੍ਹਾਂ ਭਾਰਤ ਰਾਈਜ਼, ਫਲਿੱਪਕਾਰਟ ਅਤੇ ਐਮਾਜ਼ੋਨ ਵਰਗੀਆਂ ਈ ਕਾਮਰਸ ਸਾਈਟਾਂ 'ਤੇ ਵੀ ਲੋਕਾਂ ਲਈ ਉਪਲਬਧ ਹੋਵੇਗਾ। ਜਾਣਕਾਰੀ ਮੁਤਾਬਕ ਭਾਰਤ ਚੌਲਾਂ ਦੀ ਵਿਕਰੀ ਨੈਫੇਡ, NCCF ਅਤੇ ਕੇਂਦਰੀ ਭੰਡਾਰ ਦੀਆਂ ਰਿਟੇਲ ਆਊਟਲੈਟਾਂ ਅਤੇ ਮੋਬਾਈਲ ਵੈਨਾਂ ਰਾਹੀਂ ਕੀਤੀ ਜਾਵੇਗੀ। ਭਵਿੱਖ ਵਿੱਚ ਇਹ ਰਿਟੇਲ ਚੇਨਾਂ ਅਤੇ ਈ ਕਮਰਸ ਪਲੈਟਫਾਰਮਾਂ 'ਤੇ ਵੀ ਉਪਲਬਧ ਹੋਵੇਗਾ। ਸਰਕਾਰ ਇਸ ਨੂੰ ਮੋਬਾਈਲ ਵੈਨਾਂ ਰਾਹੀਂ ਹੀ ਵੇਚੇਗੀ।